ਸਾਡਾ ਜਿੱਥੇ ਇਕੱਠੇ ਹੋਣ ਦਾ ਮਕਸਦ ਸਾਡੇ ਗੁਰੂ ਡਾਕਟਰ ਇੰਦਰਜੀਤ ਸਿੰਘ ਜਿਹੜੇ ਪਿਛਲੇ ਸਮੇਂ ਵਿੱਚ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਸੀ ਔਰ ਅੱਜ ਦੀ ਤਰੀਕ ਵਿੱਚ ਉਹਨਾਂ ਵਰਗਾ ਮਾਰਗਦਰਸ਼ਕ ਜਿਹੜਾ ਕਿ ਬਗੈਰ ਕਿਸੇ ਮੋਟੀ ਤੋਂ ਤੁਹਾਨੂੰ ਕਿਸੇ ਚੰਗੇ ਰਾਹ ਦੇ ਤੋਰੇ ਮੈਨੂੰ ਹੋਰ ਕੋਈ ਨਹੀਂ ਦੱਸਦਾ। ਜਿਹੜਾ ਪ੍ਰੋਟੈਸਟ ਚੱਲਦਾ ਆ ਮੈਂ ਸੋਚਦਾ ਕਿ ਜਦੋਂ ਆਪਾਂ ਭੰਗੜਾ ਪਾਉਂਦੇ ਜਦੋਂ ਸਾਡੇ ਗੁਰੂ ਲੋਕ ਸਾਨੂੰ ਉਹਦੀ ਡੈਫੀਨੇਸ਼ਨ ਦੱਸਦੇ ਆ ਕਿ ਜਦੋਂ ਕਿਸਾਨ ਖੁਸ਼ ਹੁੰਦਾ ਅਤੇ ਉਦੋਂ ਹੀ ਭੰਗੜਾ ਪੈਂਦਾ ਅਤੇ ਮੇਰੀ ਸੋਚ ਇਹ ਆ ਕਿ ਜਦ ਕਿਸਾਨ ਹੀ ਨਹੀਂ ਖੁਸ਼ ਹੈਗਾ ਤਾਂ ਭੰਗੜਾ ਕਾਹਤੋਂ ਪਾਈਏ। ਸੱਭਿਆਚਾਰ ਉਨੀ ਦੇਰ ਤੱਕ ਹੀ ਜਿਉਂਦਾ ਰਹਿੰਦਾ ਜਿੰਨੀ ਦੇਰ ਤੱਕ ਉਹ 'ਚ ਲੋਕ ਜੁੜੇ ਰਹਿਣਗੇ ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਕੋਈ ਆਮ ਤੌਰ 'ਤੇ ਆਪਾਂ ਵੇਖਦੇ ਹਾਂ ਕਿ ਜਿਹੜਾ ਵੀ ਕੋਈ ਰੁੱਖ ਹੈ ਜੇ ਉਹਦੀਆਂ ਟਾਹਣੀਆਂ ਛਾਂਗੀਆਂ ਜਾਣ ਤਾਂ ਵੀ ਉਹ ਵੱਧਦਾ ਪਰ ਜੇ ਉਹਦੀਆਂ ਜੜ੍ਹਾਂ ਵੜਤੀਆਂ ਜਾਣ ਤਾਂ ਉਹ ਸੁੱਕ ਜਾਂਦਾ ਅਤੇ ਜਿਹੜੇ ਲੋਕ ਨਾਚ ਨੇ ਲੋਕ ਕਲਾਵਾਂ ਨੇ ਜਾਂ ਜਿਹੜੀਆਂ ਸਾਡੀਆਂ ਬੇਸਿਕ ਨੀਡਸ ਨੇ ਜਿਹਦੇ ਵਿੱਚ ਸਾਡਾ ਖਾਣ ਪਾਣ ਵੀ ਆਉਂਦਾ ਜਿਹਦੇ ਕਰਕੇ ਇਹ ਜਿਹੜੇ ਅੰਦੋਲਨ ਚੱਲਦੇ ਪਏ ਨੇ ਜੇਕਰ ਉਹ ਆਪਾਂ ਉਹਨਾਂ ਤੋਂ ਬੇਮੁੱਖ ਹੋ ਜਾਵਾਂਗੇ ਤਾਂ ਅਸੀਂ ਸੁੱਕ ਜਾਵਾਂਗੇ। ਪੰਜਾਬੀਆਂ ਦੀ ਸ਼ਾਨ ਅਤੇ ਪਹਿਚਾਣ ਭੰਗੜਾ, ਜਿਸ ਨੂੰ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਜੇਕਰ ਅਸੀਂ ਗੱਲ ਕਰੀਏ ਜਲੰਧਰ ਦੀ ਤਾਂ ਸਾਂਭ ਕੇ ਬੈਠੇ ਨੇ ਦੋ ਐਸੇ ਸ਼ਖਸ ਜਿਸ ਨੂੰ ਅੱਗੇ ਵੀ ਲੈ ਕੇ ਜਾ ਰਹੇ ਨੇ, ਜਵਾਨੀ ਨੂੰ ਵੀ ਪ੍ਰਮੋਟ ਕਰ ਰਹੇ ਨੇ ਅਤੇ ਆਪਣੇ ਕਲਚਰ ਨੂੰ ਵੀ ਪ੍ਰਮੋਟ ਕਰ ਰਹੇ ਨੇ, ਸਰਦਾਰ ਨੀਤੀ ਰਾਜ ਸਿੰਘ ਅਤੇ ਨਾਲ ਹੀ ਰਾਜਨ ਔਜਲਾ, ਜੋ ਕਿ ਅੱਜ ਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਕਾਫੀ ਤਰੀਕੇ ਦੇ ਨਾਲ ਪੂਰੀ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਛਾਏ ਪਏ ਨੇ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ, ਕਿਸ ਮਕਸਦ ਨਾਲ ਹੋਏ ਹਾਂ, ਕੀ ਟੀਚਾ ਸੀਗਾ ਅਤੇ ਕੀ ਕੀਤਾ ਅੱਜ ਅਸੀਂ? ਸਾਡਾ ਜਿੱਥੇ ਇਕੱਠੇ ਹੋਣ ਦਾ ਮਕਸਦ ਸਾਡੇ ਗੁਰੂ ਡਾਕਟਰ ਇੰਦਰਜੀਤ ਸਿੰਘ ਜਿਹੜੇ ਪਿਛਲੇ ਸਮੇਂ ਵਿੱਚ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਸੀ, ਜਿਹੜਾ ਕਿ ਇੱਕ ਸਮਾਗਮ ਜਿਹੜਾ ਵਿਰਸਾ ਵਿਹਾਰ ਸੋਸਾਇਟੀ ਵੱਲੋਂ ਰੱਖਿਆ ਗਿਆ ਸੀ, ਅਸੀਂ ਸਾਰੇ ਉੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਕੱਠੇ ਹੋਏ ਸੀ। ਸਰ, ਇਸ ਦੇ ਨਾਲ ਮੈਂ ਗੱਲ ਕਰਾਂ ਰਾਜਨ ਭਾਅ ਜੀ ਤੁਹਾਡੇ ਨਾਲ, ਯੂਥ ਲਈ ਇੱਕ ਆਈਕਨ ਬਣ ਚੁੱਕੇ ਹੋਏ ਇਸ ਵੇਲੇ ਕਾਫੀ, ਖਾਸ ਤੌਰ 'ਤੇ ਉਹਨਾਂ ਲਈ ਜਿਹੜੇ ਭੰਗੜਾ ਲਵਰਸ ਨੇ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕਿੰਨੀ ਕੁ ਸ਼ਮੂਲੀਅਤ ਸੀਗੀ ਡਾਕਟਰ ਇੰਦਰਜੀਤ ਸਿੰਘ ਦੀ ਭੰਗੜੇ ਨੂੰ ਲੈ ਕੇ, ਜੋ ਕਿ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਅੱਜ ਦੇ ਟਾਈਮ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫੈਲ ਚੁੱਕਾ ਹੈ? ਪਹਿਲਾਂ ਤਾਂ ਦੈਨਿਕ ਸਵੇਰਾ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਕੀ ਗੱਲ ਡਾਕਟਰ ਇੰਦਰਜੀਤ ਸਰ ਦੀ, ਜਿੱਦਾਂ ਕਿ ਆਪਣੇ ਸਰੀਰ ਦੇ ਵਿੱਚ ਆਪਣੀ ਰੂਹ ਆ, ਉਹਨਾਂ ਕੁ ਪਿਆਰ ਉਹ ਆਪਣੇ ਭੰਗੜੇ ਦੇ ਨਾਲ ਕਰਦੇ ਸੀ। ਇਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਕਿ ਉਹ ਆਪਣੇ ਫੋਕ ਡਾਂਸਿਸ ਲਈ ਕਿੰਨਾ ਪਿਆਰ ਕਰਦੇ ਸੀ ਉਹਨਾਂ ਨੂੰ। ਅੱਜ ਵਿਰਸਾ ਵਿਹਾਰ ਦੇ ਵਿੱਚ ਕਾਫੀ ਲੋਕ ਇਕੱਠੇ ਹੋਏ ਸੀਗੇ, ਸ਼ਰਧਾਂਜਲੀ ਦਿੱਤੀ ਗਈ, ਕਿਸ ਤਰੀਕੇ ਸ਼ਰਧਾਂਜਲੀ ਆਪਾਂ ਅਰਪਣ ਕੀਤੀ? ਜਿਵੇਂ ਕਿ ਮੈਂ ਰਾਜਨ ਨੇ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਇਹ ਗੱਲ ਕਿ ਸਰ ਦੇ ਸਿਰਫ ਅਤੇ ਸਿਰਫ ਇਕੱਲਾ ਲੋਕ ਨਾਚ ਜਿਹੜਾ ਆ ਉਹੀ ਪੱਖ ਨਹੀਂ ਸੀ, ਉਸ ਤੋਂ ਇਲਾਵਾ ਉਹ ਸਿੱਖਿਅਕ ਸੀਗੇ ਜਿਹੜੇ ਕਿ ਪਹਿਲਾਂ ਲਾਲਪੁਰ ਖਾਲਸਾ ਕਾਲਜ ਵਿੱਚ ਔਰ ਬਾਅਦ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਰਜਿਸਟਰ ਵੀ ਲੱਗੇ ਰਹੇ ਅਤੇ ਅਕਾਲੀ ਜਥਾ ਜਲੰਧਰ ਦੇ ਉਹ ਸ਼ਹਿਰੀ ਦੇ ਪ੍ਰਧਾਨ ਵੀ ਰਹੇ ਨੇ। ਇਸ ਤਰੀਕੇ ਦੇ ਉਹਨਾਂ ਦੇ ਜਿਹੜੇ ਸਮਾਜਿਕ, ਰਾਜਨੀਤਿਕ ਔਰ ਸੱਭਿਆਚਾਰ ਜਿਹੜੇ ਪੱਖ ਸੀਗੇ ਉਹਦੇ ਨਾਲ ਜੁੜੇ ਹੋਏ ਜਿਹੜੇ ਉਹਨਾਂ ਦੇ ਸਾਥੀ ਸੀ, ਉਹਨਾਂ ਦੇ ਸ਼ਾਗਿਰਦ ਸੀ, ਉਹ ਅੱਜ ਇੱਥੇ ਸਾਰੇ ਇਕੱਠੇ ਹੋਏ ਹੋਏ ਸੀ, ਜਿਨ੍ਹਾਂ ਵਿੱਚ ਨਾਮਵਰ ਗਾਇਕ ਦਰਿੰਦਰ ਦਿਆਲਪੁਰੀ ਸੀਗੇ, ਮੰਨਾ ਮੰਡ ਜੀ ਸੀ, ਔਰ ਡਾਕਟਰ ਗੋਪਾਲ ਸਿੰਘ ਬੁੱਟਰ ਜੋ ਪੰਜਾਬੀ ਵਿਭਾਗ ਲਾਲਪੁਰ ਖਾਲਸਾ ਕਾਲਜ ਦੇ HOD ਨੇ ਉਹ ਵੀ ਆਏ ਹੋਏ ਸਨ, ਔਰ ਪੰਜਾਬੀ ਵਿਭਾਗ DAV ਕਾਲਜ ਤੋਂ ਪ੍ਰੋਫੈਸਰ ਮਿੱਡਾ ਜੀ, ਇਹਨਾਂ ਸਾਰਿਆਂ ਨੇ ਆਪਣੇ ਆਪਣੇ ਜੋ ਉਹਨਾਂ ਦੇ ਐਕਸਪੀਰੀਅੰਸਿਸ ਸੀਗੇ ਪ੍ਰਿੰਸੀਪਲ ਸਰ ਦੇ ਨਾਲ ਉਹ ਸ਼ੇਅਰ ਕੀਤੇ, ਔਰ ਉਹਨਾਂ ਦਾ ਪਰਿਵਾਰ ਜਿਹੜਾ ਸੀ ਉਹਨਾਂ ਨੇ ਜਿੰਨੇ ਵੀ ਸਾਰੇ ਜਿਹੜੇ ਆਏ ਹੋਏ ਸੀਗੇ ਮੌਜੂਦ ਮਹਿਮਾਨ, ਸਾਰਿਆਂ ਨੇ ਧੰਨਵਾਦ ਕੀਤਾ ਕਿ ਉਹਨਾਂ ਨੇ ਉਹ ਵਿਛਲੀ ਰੂਹ ਨੂੰ ਯਾਦ ਕੀਤਾ, ਔਰ ਸਾਰਿਆਂ ਨੇ ਪ੍ਰਣ ਲਿਆ ਕਿ ਜੋ ਉਹਨਾਂ ਦਾ ਟੀਚਾ ਸੀ, ਜੋ ਉਹਨਾਂ ਦਾ ਮਨੋਰਥ ਸੀ ਪ੍ਰਿੰਸੀਪਲ ਸਰ ਦਾ ਆਪਣੇ ਲੋਕ ਨਾਚਾਂ ਨੂੰ ਲੈ ਕੇ ਨੌਜਵਾਨਾਂ ਦੇ ਨੂੰ ਲੈ ਕੇ ਉਹ ਅਸੀਂ ਅੱਗੇ ਲੈ ਕੇ ਜਾਵਾਂਗੇ, ਉਹਦੇ ਵਾਸਤੇ ਅਸੀਂ ਜੋ ਸਾਡੀ ਜੀ ਤੋੜ ਕੋਸ਼ਿਸ਼ ਹੋਏਗੀ ਇਹ ਕਰਦੇ ਰਹਾਂਗੇ। ਗੱਲ ਹੋਈ ਹੈ ਐਕਸਪੀਰੀਅੰਸਿਸ ਦੀ, ਅਤੇ ਐਕਸਪੀਰੀਅੰਸ ਦੇ ਵਿੱਚੋਂ ਇੱਕ, ਦੋਨੋਂ ਜਾਣੇ ਇੱਕ ਐਕਸਪੀਰੀਅੰਸ ਐਸਾ ਸ਼ੇਅਰ ਕਰੋ ਜਦੋਂ ਤੁਸੀਂ ਪਹਿਲੀ ਵਾਰ ਡਾਕਟਰ ਇੰਦਰਜੀਤ ਸਿੰਘ ਨੂੰ ਮਿਲੇ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਤੁਹਾਨੂੰ ਮੋਟੀਵੇਟ ਕੀਤਾ, ਕਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੇ ਲੜ ਲੱਗੇ ਅਤੇ ਕਿਸ ਤਰੀਕੇ ਦੇ ਨਾਲ ਬਾਅਦ 'ਚੋਂ ਸਾਰੀ ਜ਼ਿੰਦਗੀ ਦਾ ਸਫ਼ਰ ਜਿਹੜਾ ਆ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਅਤੇ ਕਿਉਂ? ਜੀ ਪ੍ਰਿੰਸੀਪਲ ਸਰ ਨਾਲ ਮੇਰਾ ਸਭ ਤੋਂ ਪਹਿਲਾਂ ਜਿਹੜਾ ਆ ਮੈਂ ਉਹਨਾਂ ਨਾਲ ਮੁਖਾਤਿਬ ਹੁੰਦਾ ਵਾਂ 1999 ਵਿੱਚ ਜਦੋਂ ਮੈਂ DAV ਕਾਲਜ ਦੇ ਵਿੱਚ ਪਹਿਲੀ ਵਾਰੀ ਪਰਫੋਰਮ ਕਰਦਾ ਹਾਂ। ਉਸ ਤੋਂ ਬਾਅਦ ਡਿਪਾਰਟਮੈਂਟ ਆਫ ਟੂਰਿਜ਼ਮ ਐਂਡ ਕਲਚਰ ਨਿਊ ਦਿੱਲੀ ਵੱਲੋਂ ਮੈਨੂੰ ਸਕੋਲਰਸ਼ਿਪ ਜਿਹੜੀ ਹੈ ਔਫਰ ਕੀਤੀ ਗਈ ਪੰਜਾਬੀ ਲੋਕ ਨਾਚਾਂ ਉੱਤੇ ਰਿਸਰਚ ਕਰਨ ਵਾਸਤੇ, ਔਰ ਮੇਰੇ ਜਿਹੜੇ ਮੈਂਟਰ ਸੀਗੇ ਉਹ ਡਾਕਟਰ ਸਰ ਸੀਗੇ, ਪ੍ਰਿੰਸੀਪਲ ਸਰ ਸੀਗੇ, ਉਸ ਸੰਬੰਧ 'ਚ ਉਹਨਾਂ ਨੂੰ ਮੈਂ ਬਹੁਤ ਮਿਲਦਾ ਰਿਹਾ ਜਾ ਕੇ, ਜਦਕਿ ਪ੍ਰਿੰਸੀਪਲ ਸਰ ਦੀ ਜਿਹੜੀ ਜ਼ਿਆਦਾ ਜਿਹੜਾ ਕੰਮ ਆ ਜਿਹੜਾ ਟੈਨਿਓਰ ਜ਼ਿਆਦਾ ਉਹਨਾਂ ਦਾ ਲਾਲਪੁਰ ਖਾਲਸਾ ਕਾਲਜ ਦੇ ਨਾਲ ਰਿਹਾ, ਪਰ ਫਿਰ ਮੈਂ DAV ਕਾਲਜ ਤੋਂ ਪਰਫੋਰਮ ਕਰਦਾ ਹੁੰਦਾ ਸੀ, ਪਰ ਉਹਨਾਂ ਦੇ ਦਿਲ ਵਿੱਚ ਕਦੀ ਵੀ ਉਹਨਾਂ ਨੇ ਇਹ ਗੱਲ ਨਹੀਂ ਰੱਖੀ ਕਿ ਹਾਂਜੀ ਇਹ ਕਿ ਮੇਰੇ ਕਾਲਜ ਦਾ ਨਿਗਾ ਜਾਂ ਇਹ ਮੇਰੇ ਕੋਲ ਕਦੀ ਪਹਿਲਾਂ ਨਹੀਂ ਸਿੱਖਿਆ।
उन्होंने हमेशा जो मेरे सवाल होंगे लोक नाचों के प्रति जिहड़ी जिहड़ी चीज़ उन्होंने लगती सी कि हाँ जी कि मेरी रिसर्च के नाल जुड़ी हुई मैनू दसनी मैनू मैं बारे जानकारी होनी चाहिए है वह मैनू जरूर दसते सी। और अज की तरीक उन्हां वर्गा मार्गदर्शक जिहड़ा कि बगैर किसी मोटिव तो तुहानू किसी चंगे राह दे तोरे मैं मैनू होर कोई नहीं दसदा। मेरा पहला जिहड़ा उन्हां नाल जिहड़ा एक्सपीरियंस इदां दा रहा कि हाँ जी जिहड़ा उस तों बाद हुण तक 99 तों लै के 2021 तक जदों तक उन्हां दी अवकाल चलाना करते हैं उन्हां तक रहा है। और ये हमेशा मेरिया उन्हां नाल मिठियां यादां ही जुड़ियां हुई ने। जरूर उन्होंने मैं कदम ना कभी किसी न किसी गलते झाड़िया भी होवे भावें पर वो पिछे भी किसी ना कोई जिहड़ा आ जिवें कहिंदे सियाणे दा क्या ते औले दा खादा बाद च पता लगता वो चीज़ा जिहड़ियां ने वो उन्हां तों वेखण तों सिखण तों मिलियां क्योंकि उन्होंने जिहड़ियां चीज़ां दसणियां उहदा सानूं बाद च जिहड़ा आ वो बेनीफिट मिलता। उस तरीके नाल ही कि जिवें आपां अज जिवें प्रिंसीपल सर ने सानूं गाइड किया कि असीं एक संस्था बनाई सुरताल सभ्याचारक सत जिहदे विच पिछले 17 सालों तो असीं नौजवान बच्चों बजुर्गों बच्चियों सिखाते रहे हैं लोक नाच कुड़ियों वास्ते गिद्धा और मुंडियां नूं भंगड़ा मलवई गिद्धा झूमर। ये जिहड़ा टीचा सी ये प्रिंसीपल सर दी ये सीगी सोच कि असीं जिहड़ा है ग्रास रूट लैवल ते लोक नाचां नूं लैके एक एक आम तौर ते जिहड़े लोक नाच ने सिर्फ कॉलेजिज यूनिवर्सिटी लैवल तक ही रह गए हैं आम लोग ये इंट्रस्ट नहीं दिखा रहे अपना समर कैंप के तौर पर क्योंकि आप समर कैंप का नाँ दे के बच्चों लेंदे सीगे विच कि हाँ जी जी आओ सीखो और बहुत नॉमिनल चार्जेस वो रखे हुए थे कि जी रजिस्ट्रेशन फीस से सिर्फ उही लई जांदी सी और इस तों इलावा सिखाउण का कोई खर्चा नहीं सी जां कोई भी होर पेमेंट नहीं सी लई जांदी ताकि बच्चों यदा चस्का पवे इहदी चेटक लगे क्योंकि लोक नाच जिहड़े ने सिर्फ सानू फिजिकली फिट नहीं करते साडे विच आपस च भरातरी भाव भी पैदा करते हैं। और जिहड़ी चीज़ हुण खत्म हुंदी पई हैगी है गुरु शिष्य की जिहड़ी परंपरा है कि अपने उस्तादां की इज्जत किवें करनी है अपने उस्तादां का कहना किवें मनना है वो जिहड़ी चीज़ है वो भी बरकरार रहे ये चीज़ा जिहड़ियां ने सानू प्रिंसीपल सर तो ही सीखण नू मिलियां जी। सो बहुत सारिया चीज़ा सीगियां राजन भाजी इस तो पहला मैं अगला सवाल करा तुसी भी ये चीज़ जरूर दसो कि चीज़ा सीगियां जिन्हां ने हमेशा अपने नाल बन के रखिया एक गुरु के तौर के उत्ते डॉक्टर इंद्रजीत सिंह थोड़े नाल जुड़ के रहे ने अज भी थोड़े नाल थोड़े मन दे विच। मैं सर नूं मिलिया सी नीति राज भाई दे नाल ही मिलिया ते जिन्नी बार भी मिलिया मैं भाई दे नाल ही मिलिया वो भाजी नूं असीं देखदे हुंदे कि भाजी नूं इदां समझाउंदे हुंदे कि जिदां एक प्यो अपने पुत नूं वधिया गाइड करता हर चीज़ के लिए उन्हें प्रिपेयर करता कि तेरी आने वाली लाइफ के तेनों आह चीज़ा काम आनगियां। सो असी वो चीज़ा देख के असी भी उन्होंने अपने प्यो समान देखते कि अं भी जो भाई सिखाते असी भी चाहते कि वह सानू भी इदा सिखा पर महाराज कुछ होर ही मंजूर सी। हाँ जी तुसी एक गल कही सी हुणे एक यूज़ की सी लाइन सियाने का कहा तो औले का खादा बाद च समझ लगता एक कौड़ी तो एक मिठी याद जिहड़ी प्रिंसीपल इंद्रजीत सिंह दे नाल जुड़ी हुई है जिहड़ी हमेशा मन दे विच रहेगी कि वह डांटते भी सीगे उन्हां दे टीचिंग दा स्टाइल सब तो वखरा हुंदा सी जिस कारण कि हर बच्चे दे मन दे विच वसे हुए ने। ऐसी कौड़ी याद तो मैनू कोई चेते नहीं आउंदी पर फिर भी मैं ये जरूर कहांगा कि जिथे वो लोक नाचां नूं प्यार करदे सी उहदे नाल नाल उह प्यार करदे सी डिसिप्लिन नूं कि जेकर असीं सवेरे टाइम 5 बजे दा रखिया से 5:15 बजे तक उन्होंने कहना कि एंट्री जी दी होगी ठीक है 5:15 बजे तो बाद जिहड़ा भी कोई आउंदा है उसे एंटर नहीं होण देना उन्होंने कहना तू बाहर वेट कर ताकि अगले नूं पता होवे कि मैं समय सिर आके अपनी जिहड़ी चीज़ सीखनी है वो सीखनी है। और रही गल मिठियां यादां दी मिठियां यादां उन्होंने आशीर्वाद बन के साडे दिल विच साडे सिर ते हमेशा ही ने। सर जदों आपां किसे लेजेंड दे नाल बैठने आ जां गुरु नूं गुरु कह सकदे आ उहदी हर एक उहदे नाल एक टाइम स्पेंड कीता हर एक उह मिठी याद हुंदी आ सो साडे लई तां उह सारियां मिठियां यादां जो जिहड़ा टाइम असीं उहनां नाल कढ़िया। अज तक डांट किन्नी कु पई है ते मार किन्नी कु पई है डॉक्टर इंद्रजीत सिंह वालों क्योंकि वो चीज़ा ऐसिया ने जिसने अज ये शख्स क्रिएट किए ने जिन्हां नूं सिंगर्स ही नहीं बल्कि पूरा यूथ पंजाब दा बाहरों भी असी जे गल करिए फॉरन कंट्रीज तो भी फॉलो करते हैं। डांट ऐसा चीज़ मैं पहला भी दस्सिया कि कौड़ी याद कोई नहीं झाड़ कदी नहीं इस तरीके की पई कि बंदा उन्हूं दिल ते लै के बैठ जाए। हाँ सेध जरूर हमेशा मिलती रही है कि तुसीं अपने टारगेट ते किदां पुजना है तुसीं उहदे राह च जिहड़े कोई मुश्किल आउंदियां उहनूं अखों परोखे करके अपना जिहड़ा तुहाडा टीचा है उत्ते तुसीं अपनी नज़र जिहड़ी आ टिका के रखणी है इही जिहड़ी है याद भी है इही उहनां दी सेध है जिहड़ी साडे दिल च साडे दिमाग च है। एक चीज़ खास तौर पर मैनशन करन वाली रहेगी जदों दा किसानी प्रोटेस्ट शुरू होया उदों दे कोई परफॉर्मेंसिस या किसी भी तरह की कोई
ਅੱਗ ਵਧੂ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਐਕਟੀਵਿਟੀ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਈ ਖਾਸ ਤੌਰ 'ਤੇ ਭੰਗੜੇ ਨੂੰ ਲੈ ਕੇ, ਉਸਦਾ ਕੀ ਰੀਜ਼ਨ ਰਿਹਾ ਹੈ? ਲੋਕਾਂ ਦੇ ਮਨ ਦੇ ਵਿੱਚ ਬਹੁਤ ਸਵਾਲ ਨੇ ਖਾਸ ਤੌਰ 'ਤੇ ਰਾਜਨ ਔਜਲਾ ਨੂੰ ਲੈ ਕੇ, ਨੀਤੀਰਾਜ ਸਿੰਘ ਜੋ ਸਾਰੇ ਸਟੂਡੈਂਟਸ ਦੇ ਨਾਲ ਜੁੜੇ ਹੋਏ ਆ, ਯੂਥ ਫੈਸਟੀਵਲ ਦੇ ਜਿੰਨੀ ਜਨਤਾ ਆ ਜਿਹੜੇ ਉੱਥੇ ਆਉਂਦੇ ਨੇ, ਦਰਸ਼ਕ ਆਉਂਦੇ ਨੇ, ਜਿਹੜੇ ਉੱਥੇ ਦੇ ਕੰਪੀਟੀਟਰਸ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਇਹ ਹੈ ਕਿ ਇਹ ਉਦੋਂ ਦਾ ਬਿਲਕੁਲ ਸ਼ਾਂਤ ਬੈਠੇ ਨੇ, ਪ੍ਰੋਟੈਸਟ ਨੂੰ ਕਿਸ ਤਰੀਕੇ ਸਪੋਰਟ ਕਰਦੇ ਆ ਜਾਂ ਪ੍ਰੋਟੈਸਟ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਣਾ ਚਾਹੁੰਦੇ ਆ? ਪ੍ਰੋਟੈਸਟ ਨੂੰ ਸਪੋਰਟ ਹਰ ਇੱਕ ਬੰਦਾ ਉਹ ਕਰਦਾ ਪਿਆ ਜਿਹੜਾ ਕਿ ਅੰਨ ਖਾਂਦਾ। ਇਹਦੇ ਵਿੱਚ ਕੋਈ ਰਾਜਨੀਤਿਕ ਵਿਚਾਰਧਾਰਾ ਜਾਂ ਕੋਈ ਇੱਦਾਂ ਦੀ ਗੱਲ ਮੈਂ ਨਹੀਂ ਸੋਚਦਾ। ਪਰ ਰਹੀ ਗੱਲ ਕਿ ਪਰਫੋਰਮੈਂਸ ਕੋਈ ਨਹੀਂ ਹੋਈ ਜਾਂ ਤੁਸੀਂ ਕਹਿ ਸਕਦੇ ਕੋਈ ਐਕਟੀਵਿਟੀ ਇਹੋ ਜਿਹੀ ਨਹੀਂ ਆਈ ਸਾਹਮਣੇ, ਕੁਝ ਪਿਛਲੇ ਸਮੇਂ ਦੇ ਵਿੱਚ ਕੋਵਿਡ ਦਾ ਵੀ ਵਿੱਚ ਇਹਦੇ ਵਿੱਚ ਯੋਗਦਾਨ ਰਿਹਾ ਹੈ, ਔਰ ਹੁਣ ਇਸ ਸਾਲ ਜਿਹੜਾ ਸਾਨੂੰ ਧੱਕਾ ਲੱਗਾ ਹੈ ਪ੍ਰਿੰਸੀਪਲ ਸਰ ਦੇ ਜਾਣ ਨਾਲ, ਉਹਦੇ ਕਰਕੇ ਵੀ ਅਸੀਂ ਜਿਹੜਾ ਆਪਣਾ ਇਹ ਕੈਂਪ ਐਤਕੀ ਨਹੀਂ ਲਗਾ ਸਕੇ। ਬਾਕੀ ਰਹੀ ਗੱਲ ਜਿਹੜਾ ਪ੍ਰੋਟੈਸਟ ਹੈ ਉਹਨੂੰ ਸਪੋਰਟ ਕਰਨ ਦੀ, ਉਹਨੂੰ ਹਰ ਪੰਜਾਬੀ ਜਿਹੜਾ ਉਹ ਸਪੋਰਟ ਕਰਦਾ ਹੀ ਪਿਆ ਵਾ। ਜਿਹੜਾ ਪ੍ਰੋਟੈਸਟ ਚੱਲਦਾ ਆ, ਮੈਂ ਸੋਚਦਾ ਕਿ ਜਦੋਂ ਆਪਾਂ ਭੰਗੜਾ ਪਾਉਂਦੇ, ਜਦੋਂ ਸਾਡੇ ਗੁਰੂ ਲੋਕ ਸਾਨੂੰ ਉਹਦੀ ਡੈਫੀਨੇਸ਼ਨ ਦੱਸਦੇ ਆ ਕਿ ਜਦੋਂ ਕਿਸਾਨ ਖੁਸ਼ ਹੁੰਦਾ ਤਾਂ ਉਦੋਂ ਹੀ ਭੰਗੜਾ ਪੈਂਦਾ, ਅਤੇ ਮੇਰੀ ਸੋਚ ਇਹ ਆ ਕਿ ਜਦ ਕਿਸਾਨ ਹੀ ਨਹੀਂ ਖੁਸ਼ ਹੈਗਾ ਤਾਂ ਭੰਗੜਾ ਕਾਹਤੋਂ ਪਾਈਏ। ਪਰ ਸਾਨੂੰ ਵਿੱਚ ਕਿਸਾਨ ਜਿਹੜੇ ਹੈਗੇ ਆਪਣੇ ਫਾਰਮਰਸ, ਉਹਨਾਂ ਨੇ ਬਹੁਤ ਚੰਗਾ ਸੁਝਾਅ ਦਿੱਤਾ, ਅਸੀਂ ਉਹ 2-4 ਮਹੀਨਿਆਂ ਦੇ ਵਿੱਚ ਉਹ ਸਾਰੇ ਸਰੋਤਿਆਂ ਦੇ ਮੂਹਰੇ ਲੈ ਕੇ ਆਵਾਂਗੇ ਕੁਛ ਨਵਾਂ ਕਰਕੇ। ਅਤੇ ਹੁਣ ਆਖਰੀ ਤੌਰ ਦੇ ਉੱਤੇ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ, ਫੋਲੋ ਕਰਦੇ ਨੇ, ਅਤੇ ਜਿਹੜੀ ਇਸ ਵੇਲੇ ਆਡੀਅੰਸ ਸਾਡੇ ਚੈਨਲ ਥਰੂ ਤੁਹਾਡੇ ਨਾਲ ਜੁੜੀ ਹੈ, ਉਹਨਾਂ ਨੂੰ ਕੀ ਮੈਸੇਜ ਦਿਓਗੇ? ਕਿਸ ਤਰੀਕੇ ਨਾਲ ਭੰਗੜੇ ਨਾਲ ਜੋੜੋਗੇ, ਕਿਸ ਤਰੀਕੇ ਨਾਲ ਕਿਸਾਨੀ ਨਾਲ ਜੋੜੋਗੇ, ਕਿਸ ਤਰੀਕੇ ਨਾਲ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੋੜਨਾ ਚਾਹੁੰਦੇ ਹੋ? ਸੱਭਿਆਚਾਰ ਉਨੀ ਦੇਰ ਤੱਕ ਹੀ ਜਿਉਂਦਾ ਰਹਿੰਦਾ ਜਿੰਨੀ ਦੇਰ ਤੱਕ ਉਹ 'ਚ ਲੋਕ ਜੁੜੇ ਰਹਿਣਗੇ। ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਕੋਈ ਆਮ ਤੌਰ 'ਤੇ ਆਪਾਂ ਵੇਖਦੇ ਹਾਂ ਕਿ ਜਿਹੜਾ ਵੀ ਕੋਈ ਰੁੱਖ ਹੈ, ਜੇ ਉਹਦੀਆਂ ਟਾਹਣੀਆਂ ਛਾਂਗੀਆਂ ਜਾਣ ਤਾਂ ਵੀ ਉਹ ਵੱਧਦਾ, ਪਰ ਜੇ ਉਹਦੀਆਂ ਜੜ੍ਹਾਂ ਵੜਤੀਆਂ ਜਾਣ ਤਾਂ ਉਹ ਸੁੱਕ ਜਾਂਦਾ। ਅਤੇ ਜਿਹੜੇ ਲੋਕ ਨਾਚ ਨੇ, ਲੋਕ ਕਲਾਵਾਂ ਨੇ ਜਾਂ ਜਿਹੜੀਆਂ ਸਾਡੀਆਂ ਬੇਸਿਕ ਨੀਡਸ ਨੇ ਜਿਹਦੇ ਵਿੱਚ ਸਾਡਾ ਖਾਣ ਪਾਣ ਵੀ ਆਉਂਦਾ, ਜਿਹਦੇ ਕਰਕੇ ਇਹ ਜਿਹੜੇ ਅੰਦੋਲਨ ਚੱਲਦੇ ਪਏ ਨੇ, ਜੇਕਰ ਉਹ ਆਪਾਂ ਉਹਨਾਂ ਤੋਂ ਬੇਮੁੱਖ ਹੋ ਜਾਵਾਂਗੇ ਤਾਂ ਅਸੀਂ ਸੁੱਕ ਜਾਵਾਂਗੇ। ਇਸ ਲਈ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿਸ ਲੈਵਲ 'ਤੇ ਵੀ ਤੁਸੀਂ ਹੋ, ਜਿੱਦਾਂ ਦੇ ਵੀ ਤੁਸੀਂ ਕੰਮ ਵਿੱਚ ਹੋ, ਆਪਣੇ ਬੱਚਿਆਂ ਨੂੰ ਚੰਗੀ ਸੇਧ ਦਿਓ। ਕਿਉਂਕਿ ਇੱਕ ਅਖਾਣ ਆ ਕਿ 100 ਚਾਚਾ ਅਤੇ ਇੱਕ ਪਿਓ ਅਤੇ 100 ਦਾਰੂ ਅਤੇ ਇੱਕ ਘਿਓ। ਉਸੇ ਤਰੀਕੇ ਨਾਲ ਹੀ ਅਸੀਂ ਭਾਵੇਂ ਬਾਹਰਲੇ ਜਿੰਨੇ ਮਰਜ਼ੀ ਬਰਗਰ ਪੀਜ਼ੇ ਖਾ ਲਈਏ, ਪਰ ਜਦੋਂ ਸਰਦੀਆਂ ਆਉਂਦੀਆਂ ਤਾਂ ਸਾਡਾ ਸਾਰੇ ਪੰਜਾਬੀਆਂ ਦਾ ਮੂੰਹ ਜਿਹੜਾ ਆ ਉਹ ਸਾਗ ਅਤੇ ਮੱਕੀ ਦੀ ਰੋਟੀ ਵੱਲ ਮੁੜ ਜਾਂਦਾ। ਉਸੇ ਤਰੀਕੇ ਨਾਲ ਹੀ ਜੇਕਰ ਅਸੀਂ ਬਾਹਰਲੇ ਡਾਂਸਿਸ, ਬਾਹਰਲੇ ਕਲਚਰ ਨੂੰ ਜਿੰਨਾ ਮਰਜ਼ੀ ਅਸੀਂ ਐਪਰੀਸ਼ੀਏਟ ਕਰਦੇ ਰਹੀਏ, ਅਸੀਂ ਵੇਖੀਏ, ਸੁਣੀਏ, ਪਰ ਜਿਹੜਾ ਪ੍ਰਮੋਟ ਕਰਨ ਦੀ ਗੱਲ ਹੈ ਉਹ ਸਾਨੂੰ ਆਪਣਾ ਸੱਭਿਆਚਾਰ ਹੀ ਕਰਨਾ ਚਾਹੀਦਾ। ਭਾਅ ਜੀ ਨੇ ਬਿਲਕੁਲ ਸਹੀ ਗੱਲ ਕਹੀ ਆ ਕਿ ਆਪਾਂ ਆਪਣਾ ਕਲਚਰ ਪ੍ਰਮੋਟ ਕਰੀਏ, ਅਤੇ ਮੇਰੀ ਸਾਰਿਆਂ ਨੂੰ ਸਲਾਹ ਇਹ ਆ ਕਿ ਜਿਹੜੇ ਵੀ ਲੋਕ ਨਾਚਾਂ ਦੇ ਨਾਲ ਜਾਂ ਆਪਣੇ ਕਲਚਰ ਦੇ ਨਾਲ ਜੁੜਨਾ ਚਾਹੁੰਦੇ ਹਾਂ, ਕਿ ਜੇ ਕਿਸੇ ਚੰਗੇ ਉਸਤਾਦਾਂ ਕੋਲੋਂ, ਚੰਗੇ ਗੁਰੂ ਲੋਕਾਂ ਕੋਲੋਂ ਇਹ ਚੀਜ਼ ਸਿੱਖੋ ਤਾਂ ਕਿ ਤੁਹਾਨੂੰ ਉਹਦਾ ਗਿਆਨ ਆਵੇ। ਗਿਆਨ ਦਾ ਜਿਹੜਾ ਸਮੁੰਦਰ ਬਹੁਤ ਵੱਡਾ ਅਤੇ ਡੂੰਘਾ ਵੀ ਬਹੁਤ, ਕਦੀ ਆ ਨਹੀਂ ਸਕਦਾ, ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ। ਬਾਕੀ ਜਿਹੜੀ ਆਪਾਂ ਕਿਸਾਨੀ ਮੁੱਦਿਆਂ ਦੀ ਜਿਹੜੀ ਗੱਲ ਆ, ਅਤੇ ਆਪਣੇ ਹਰ ਵਰਲਡਵਾਈਡ ਸਾਰਿਆਂ ਦਾ ਇਹ ਸਹਿਯੋਗ ਦੇਣਾ ਚਾਹੀਦਾ ਕਿ ਅਸੀਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਈਏ, ਤਾਂ ਕਿ ਆਪਾਂ ਜਿਹੜਾ ਅੰਨ ਖਾਂਦੇ ਹਾਂ, ਮਤਲਬ ਕਹਿੰਦੇ ਹੁੰਦੇ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ ਚਾਹੀਦਾ, ਅਤੇ ਆਪਾਂ ਨੂੰ ਕਿਸਾਨ ਦਾ ਅੰਨ ਖਾ ਕੇ ਹਰਾਮ ਨਹੀਂ ਕਰਨਾ ਚਾਹੀਦਾ। ਭੰਗੜਾ ਇੱਕ ਐਸੀ ਚੀਜ਼ ਸੀਗੀ ਜਿਸ ਨੂੰ ਡਾਕਟਰ ਇੰਦਰਜੀਤ ਸਿੰਘ ਨੇ ਅੱਗੇ ਲੈ ਕੇ ਆਉਣਾ ਇਸ ਲਈ ਸ਼ੁਰੂ ਕੀਤਾ ਸੀਗਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਸੀਗਾ ਕਿ ਜਿਹੜਾ ਪੰਜਾਬ ਆ ਉਸ ਨੂੰ ਬਦਨਾਮ ਵੀ ਕੀਤਾ ਜਾ ਰਿਹਾ ਹੈ ਅਤੇ ਇੱਕ ਨਸ਼ਿਆਂ ਵਾਲੇ ਪਾਸੇ ਵੀ ਮੋੜਿਆ ਜਾ ਰਿਹਾ। ਉਸ ਬਾਰੇ ਕੀ ਕਹੋਗੇ ਕਿ ਉਹਨਾਂ ਦੀ ਸੋਚ ਨੂੰ ਹੁਣ ਤੁਸੀਂ ਦੋਵੇਂ ਅੱਗੇ ਕਿਸ ਤਰੀਕੇ ਦੇ ਨਾਲ ਡਰਾਈਵ ਕਰੋਗੇ? ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੀ ਸਾਡੀ ਸੱਥ ਹੈ, ਸੁਰਤਾਲ ਸੱਭਿਆਚਾਰਕ ਸੱਥ, ਜਿਹੜੀ ਹਰ ਸਾਲ ਕੈਂਪ ਲਗਾਉਂਦੀ ਹੈ, ਉਹਦੇ ਨਾਲ ਨਾਲ ਅਸੀਂ ਰਾਜਨ ਦੇ ਨਾਲ ਜੋ ਪਲੈਨ ਸਾਡਾ ਚੱਲਦਾ ਪਿਆ ਕਿ ਜਦੋਂ ਮਾਹੌਲ ਠੀਕ ਹੁੰਦਾ ਆ, ਜਦੋਂ ਸਾਨੂੰ ਕੋਈ ਬੰਦਿਸ਼ਾਂ ਤੋਂ ਅਸੀਂ ਮੁਕਤ ਹੁੰਦੇ ਹਾਂ ਜਿਹੜੀਆਂ ਕਿ ਕੋਵਿਡ ਦੇ ਨਾਲ ਜੁੜੀਆਂ ਹੋਈਆਂ ਨੇ, ਅਤੇ ਉਹਨਾਂ ਕੈਂਪਾਂ ਤੋਂ ਇਲਾਵਾ ਵੀ ਜੇਕਰ ਸਾਨੂੰ ਕੋਈ ਐਨ ਜੀ ਓ ਜਿਹੜੀ ਕਿ ਨਸ਼ਾ ਛਡਾਊ ਕੇਂਦਰ ਹੈ ਜਿਵੇਂ ਕੋਈ, ਜਾਂ ਇੱਥੇ ਤੱਕ ਕਿ ਜਿਹੜੇ ਸੈਂਟਰਲ ਜੇਲਜ਼ ਨੇ ਜਾਂ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਲੋਕ ਨਾਚਾਂ ਦਾ ਸਾਥ ਲਿਆ ਜਾ ਸਕਦਾ, ਅਤੇ ਅਸੀਂ ਉਹ ਸਾਰਾ ਕੁਝ ਕਰਨ ਲਈ ਤਤਪਰ ਹਾਂ, ਅਸੀਂ ਉਹ ਕਰਨ ਲਈ ਤਿਆਰ ਹਾਂ। ਬਸ ਇਹ ਹੈ ਕਿ ਸਾਨੂੰ ਉਹਦੇ ਵਾਸਤੇ ਪ੍ਰੋਪਰ ਤਰੀਕੇ ਨਾਲ ਸਾਨੂੰ ਜਿਹੜਾ ਉਹ ਇਨਵੀਟੇਸ਼ਨ ਜਿਹੜਾ ਦਿੱਤਾ ਜਾਵੇ, ਤਾਂ ਕਿ ਅਸੀਂ ਆਪਣਾ ਜੋ ਸਾਡੇ ਕੋਲ ਹੈ, ਜੋ ਅਸੀਂ ਸਰਕੋ ਸਿੱਖਿਆ, ਜੋ
ਵਿਚਾਰਧਾਰਾ ਉਹਨਾਂ ਦੀ ਸੀਗੀ ਲੋਕ ਨਾਚਾਂ ਨੂੰ ਪ੍ਰਮੋਟ ਕਰਨ ਦੇ ਬਾਰੇ, ਅਸੀਂ ਉਹ ਬਾਕੀਆਂ ਤੱਕ ਪਹੁੰਚਾ ਸਕੀਏ। ਮਤਲਬ ਜਿਸ ਤਰੀਕੇ ਡਾਕਟਰ ਸਾਹਿਬ ਆਪਣੀ ਸੋਚ ਨੂੰ ਅੱਗੇ ਪ੍ਰਮੋਟ ਕਰਦੇ ਸੀਗੇ ਨੌਜਵਾਨਾਂ ਦੇ ਥਰੂ, ਸੈਂਟਰਲ ਜੇਲ੍ਹ 'ਚ ਜਾ ਕੇ ਕ੍ਰਿਮੀਨਲਸ ਆਪਾਂ ਕਹਿ ਸਕਦੇ ਹਾਂ ਜਿਹੜੇ ਧੱਕੇ ਨਾਲ ਬਣ ਗਏ ਜਾਂ ਕਿਸੇ ਮਜਬੂਰੀ ਕਾਰਨ ਬਣ ਗਏ, ਉਹਨਾਂ ਨੂੰ ਵਾਪਸ ਆਪਣੀ ਲਾਈਨ 'ਤੇ ਲਿਆਉਣ ਲਈ, ਟਰੈਕ 'ਤੇ ਲਿਆਉਣ ਲਈ, ਹੈ ਨਾ। ਪਰ ਜੀ ਤੁਹਾਡਾ ਕੀ ਕਹਿਣਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਹੋ ਇਸ ਵੇਲੇ ਯੂਥ ਆਈਕਨ ਹੋ ਪੰਜਾਬ ਦਾ, ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਇਸ ਚੀਜ਼ ਨੂੰ ਅੱਗੇ ਡਰਾਈਵ ਕਰਦੇ? ਮੈਂ ਭਾਅ ਜੀ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਅਤੇ ਭਾਅ ਜੀ ਦੀ ਗੱਲ 'ਤੇ ਫੁੱਲ ਚਾੜਦਾ ਹੋਇਆ, ਅਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ, ਪੂਰੇ ਇੰਡੀਆ ਦੇ ਵਿੱਚ ਕੋਈ ਜੇਲ੍ਹ, ਕੋਈ ਵੀ ਨਸ਼ਾ ਛੁਡਾਊ ਕੇਂਦਰ ਜਾਂ ਉਹ ਬੱਚੇ ਕਿ ਜਿਹਨਾਂ ਨੂੰ ਡਾਂਸ ਦਾ ਸ਼ੌਂਕ ਆ ਪਰ ਉਹ ਅਫੋਰਡ ਨਹੀਂ ਕਰ ਪਾਉਂਦੇ, ਅਸੀਂ ਪੂਰੇ ਇੰਡੀਆ ਦੇ ਵਿੱਚ ਬਿਲਕੁਲ ਫ੍ਰੀ ਆਫ ਕੋਸਟ ਉੱਥੇ ਪਹੁੰਚਾਂਗੇ, ਅਤੇ ਜਿੰਨਾ ਕੁ ਅਸੀਂ ਸਿੱਖਿਆ ਅਸੀਂ ਉਹ ਸਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਸੋ ਕੁਛ ਵਧੀਆ ਚੀਜ਼ਾਂ, ਕੁਛ ਵੱਡੇ ਐਲਾਨ ਜਿਹੜੇ ਕਿ ਡਾਕਟਰ ਇੰਦਰਜੀਤ ਸਿੰਘ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਅੱਜ ਇੱਥੇ ਸ਼ਰਧਾਂਜਲੀ ਦਿੱਤੀ ਗਈ, ਉਹਨਾਂ ਦੇ ਸਟੂਡੈਂਟਸ ਵੱਲੋਂ ਇੱਕ ਐਸੀ ਯਾਦ ਕੀਤੀ ਗਈ ਹੈ ਜੋ ਕਿ ਨਾ ਸਿਰਫ ਪੰਜਾਬ ਦੀ ਯੂਥ ਨਾਲ ਜੁੜੀ ਹੋਈ ਹੈ ਬਲਕਿ ਸੱਭਿਆਚਾਰ ਨਾਲ ਜੁੜੀ ਹੋਈ ਹੈ, ਅਤੇ ਨਾਲੋਂ ਨਾਲ ਕਿਤੇ ਨਾ ਕਿਤੇ ਇਹ ਵੀ ਗੱਲ ਕੀਤੀ ਕਿ ਇਨਸਾਨੀ ਅੰਦੋਲਨ ਦੇ ਚੱਲਦਿਆਂ ਜਿਹੜੇ ਪਰਫੋਰਮੈਂਸਿਸ ਨੇ ਖਾਸ ਤੌਰ 'ਤੇ ਭੰਗੜੇ ਦੀਆਂ ਉਸ ਨੂੰ ਬੰਦ ਰੱਖਿਆ ਗਿਆ, ਕੋਈ ਪਰਫੋਰਮੈਂਸ ਨਹੀਂ ਕੀਤੀ ਗਈ, ਕਿਉਂਕਿ ਜਦੋਂ ਕਿਸਾਨ ਖੁਸ਼ ਹੁੰਦਾ ਸੀਗਾ ਉਦੋਂ ਭੰਗੜਾ ਪੈਂਦਾ ਸੀਗਾ ਜੋ ਕਿ ਸੱਭਿਆਚਾਰ ਸਾਡਾ ਸਾਨੂੰ ਦੱਸਦਾ ਹੈ। ਉਸੇ ਤਰੀਕੇ ਦੇ ਨਾਲ ਪ੍ਰੋਫੈਸਰ ਇੰਦਰਜੀਤ ਸਿੰਘ ਨੂੰ, ਡਾਕਟਰ ਇੰਦਰਜੀਤ ਸਿੰਘ ਨੂੰ ਇੱਕ ਸ਼ਰਧਾਂਜਲੀ ਦਿੱਤੀ ਹੈ, ਸ਼ਰਧਾ ਦੇ ਫੁੱਲ ਪੇਂਟ ਕੀਤੇ ਨੇ ਜਿਸ ਦੇ ਨਾਲ ਕਿ ਯੂਥ ਨੂੰ ਇੱਕ ਸਿੱਖਿਆ ਦੇ ਦਿੱਤੀ ਜਾ ਸਕੇ, ਇਕੱਠ ਕੀਤਾ ਜਾ ਸਕੇ ਕਿ ਆਪਣੇ ਨੌਜਵਾਨੀ ਨੂੰ ਅੱਗੇ ਕਿਸ ਤਰੀਕੇ ਨਾਲ ਲੈ ਕੇ ਜਾਣਾ ਚਾਹੀਦਾ ਹੈ। ਕੈਮਰਾਮੈਨ ਪ੍ਰਭਜੋਤ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ, ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।